ਦੁਨੀਆਂ ਦੇ ਵਿੱਚ ਜਿਉਣ ਲਈ ਕਈ ਯਾਰ ਬਣਾਉਣੇ ਪੈਂਦੇ ਨੇ, ਇੱਕ ਦੁਨੀਆਂ ਦੇ ਵਿੱਚ ਜਿਉਣ ਲਈ ਕਈ ਅਰਮਾਨ ਦਬਾਉਣੇ ਪੈਂਦੇ ਨੇ, ਦਿਲ ਕਰਦਾ ਨਹੀਂ ਦਿਲ ਮੰਨਦਾ ਨਹੀਂ ਫਿਰ ਵੀ ਯਾਰ ਬਣਾਉਣੇ ਪੈਂਦੇ ਨੇ, ਇਹ ਜਾਣਦਿਆਂ ਇਹ ਯਾਰ ਨਹੀਂ ਫਿਰ ਵੀ ਹੱਥ ਮਿਲਾਉਣੇ ਪੈਂਦੇ ਨੇ। ਇਹ ਰਿਸ਼ਤਾ ਹੀ ਇਹੋ ਜਿਹਾ ਜਿੱਦਾਂ ਸਾਡਾ ਸਾਡੇ ਦਰਸ਼ਕਾਂ ਦੇ ਨਾਲ ਰਿਸ਼ਤਾ, ਕਿਉਂਕਿ ਅਸੀਂ ਤੁਹਾਡੇ ਲਈ ਹਾਂ ਅਤੇ ਤੁਸੀਂ ਸਾਡੇ ਲਈ ਹੋ। ਪ੍ਰੋਗਰਾਮ ਖਾਸ ਜਿਹੜਾ ਅਸੀਂ ਲਿਸ਼ਕਾਰਾ ਉਲੀਕਿਆ ਉਹਦੇ ਵਿੱਚ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ, ਅਤੇ ਰਮਨ ਦੇ ਪ੍ਰਿੰਪੀ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਤੇ ਫਤਿਹ ਬੁਲਾਉਂਦਾ ਜੀ ਤੁਹਾਡਾ ਆਪਣਾ ਖਾਦਮ ਗਗਨ ਸੋਂਦੀ। ਚਲੋ ਫਿਰ ਦਰਸ਼ਕੋ, ਬਹੁਤਾ ਇੰਤਜ਼ਾਰ ਨਹੀਂ ਕਰਵਾਉਂਦੇ, ਤੁਹਾਡੇ ਰੂਬਰੂ ਕਰ ਰਹੇ ਹਾਂ ਪਹਿਲੀ ਗਾਇਕ ਜੋੜੀ, ਪ੍ਰੋਗਰਾਮ ਸਪੈਸ਼ਲ ਲਿਸ਼ਕਾਰਾ ਦੀ ਪਹਿਲੀ ਗਾਇਕ ਜੋੜੀ, ਜਿਨ੍ਹਾਂ ਦੇ ਲਈ ਮੈਂ ਕੀ ਕਹਾਂ ਕਿਉਂਕਿ ਜਿਨ੍ਹਾਂ ਦੀ ਅਦਾਇਗੀ ਬਹੁਤ ਸੋਹਣੀ ਹੈ, ਗਾਉਂਦੇ ਬਹੁਤ ਸੋਹਣਾ ਆ ਅਤੇ ਹੋਰ ਅਤੇ ਹੋਰ ਜੋੜੀ ਬਹੁਤ ਸੋਹਣੀ ਹੈ। ਸੋ ਉਹਨਾਂ ਦੀ ਸਰਦਾਰੀ ਹੈ ਪੰਜਾਬੀ ਸੰਗੀਤ ਜਗਤ ਦੇ ਵਿੱਚ, ਰੂਹ ਦੀ ਖੁਰਾਕ ਤੁਹਾਡੇ ਵਾਸਤੇ ਪੇਸ਼ੇ ਹਾਜ਼ਰ ਹੈ ਕੁਲਵੰਤ ਬਿੱਲਾ ਤੇ ਕੁਲਵੰਤ ਕੌਰ। ਜ਼ੋਰਦਾਰ ਤਾੜੀਆਂ ਦੇ ਨਾਲ ਪਹਿਲੀ ਗਾਇਕ ਜੋੜੀ ਕੁਲਵੰਤ ਬਿੱਲਾ ਤੇ ਕੁਲਵੰਤ ਕੌਰ। ਤੇਰੇ ਕੋਲ ਸਾਥ ਨੀ ਮੰਗਦਾ ਮੈਂ ਉਮਰਾਂ ਦਾ, ਤੇਰੇ ਕੋਲ ਸਾਥ ਨੀ ਮੰਗਦਾ ਮੈਂ ਉਮਰਾਂ ਦਾ, ਤੇਰੇ ਕੋਲ ਸਾਥ ਨੀ। ਤੇਰੇ ਕੋਲੋਂ ਸਾਥ ਨੀ ਮੰਗਦਾ ਮੈਂ ਉਮਰਾਂ ਦਾ, ਤੇਰੇ ਕੋਲੋਂ ਸਾਥ ਨੀ ਮੰਗਦਾ ਮੈਂ ਉਮਰਾਂ ਦਾ, ਤੇਰੇ ਕੋਲੋਂ ਸਾਥ ਨੀ। ਤੇਰੇ ਕੋਲੋਂ ਸਾਥ ਨੀ ਮੰਗਦਾ ਮੈਂ ਉਮਰਾਂ ਦਾ, ਤੇਰੇ ਕੋਲੋਂ ਸਾਥ ਨੀ ਮੰਗਦਾ ਮੈਂ ਉਮਰਾਂ ਦਾ, ਤੇਰੇ ਕੋਲੋਂ ਸਾਥ ਨੀ। ਮੈਨੂੰ ਲੱਗਦਾ ਵੀ ਸਾਡੇ ਦਰਸ਼ਕਾਂ ਦਾ ਪੂਰਾ ਮਨੋਰੰਜਨ ਹੋ ਰਿਹਾ, ਕਿਉਂਕਿ ਜਿੱਦਾਂ ਸਟੂਡੀਓ ਦੇ ਵਿੱਚ ਬੈਠੇ ਸਾਡੇ ਦਰਸ਼ਕ ਨੱਚ ਟੱਪ ਕੇ ਭੰਗੜਾ ਪਾ ਰਹੇ ਨੇ, ਇੱਥੋਂ ਵਾਕਈ ਪਤਾ ਲੱਗ ਰਿਹਾ ਕਿ ਜਿਹੜਾ ਸਾਡਾ ਇਹ ਕਦਮ ਹੈ ਬਹੁਤ ਹੀ ਵਧੀਆ ਹੈ ਅਤੇ ਸਾਰੇ ਇੰਜੋਏ ਕਰੇ। ਇੱਕ ਵਾਰ ਜ਼ੋਰਦਾਰ ਤਾੜੀ ਆਪਣੇ ਲਈ।
ਅਗਲੀ ਜੋੜੀ ਹੈ ਉਹ ਖੂਬਸੂਰਤ ਵੀ ਹੋਣੀ ਹੈ ਜਿੰਨੀ ਉਹਨਾਂ ਦੀ ਆਵਾਜ਼ ਖੂਬਸੂਰਤ। ਤੇ ਲਓ ਫਿਰ ਜ਼ਿਆਦਾ ਸਮਾਂ ਨਹੀਂ ਲੈਂਦੇ, ਤੁਹਾਡੇ ਰੂਬਰੂ ਕਰ ਰਹੇ ਹਾਂ ਉਸ ਗਾਇਕ ਜੋੜੀ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਰੱਜ ਕੇ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕੀਤਾ ਅਤੇ ਆਪਣੀ ਗਾਇਕੀ ਦੇ ਰਾਹੀਂ ਸਾਰਿਆਂ ਨੂੰ ਮੰਤਰ ਮੁਗਧ ਕੀਤਾ ਅਤੇ ਅੱਜ ਪ੍ਰੋਗਰਾਮ ਲਿਸ਼ਕਾਰਾ ਦੇ ਵਿੱਚ ਵੀ ਤੁਹਾਨੂੰ ਸਾਰਿਆਂ ਨੂੰ ਆਪਣੀ ਗਾਇਕੀ ਦੇ ਨਾਲ ਕੀਲ ਲੈਣਗੇ। ਜ਼ੋਰਦਾਰ ਤਾੜੀਆਂ ਦੇ ਵਿਚਕਾਰ ਰਸ਼ਪਾਲ ਰਸੀਲਾ ਅਤੇ ਮੌਣੀ ਰਸੀਲਾ। ਕਹਿੰਦੇ ਨੇ ਕਿ ਦੋਗਾਣਾ ਗਾਇਕੀ ਅਜਿਹੀ ਗਾਇਕੀ ਹੈ ਜਿਸ ਦੇ ਰਾਹੀਂ ਅਸੀਂ ਆਪਣੇ ਦਿਲ ਦੇ ਵਲਵਲੇ ਜਾਂ ਕਿਸੇ ਰਿਸ਼ਤੇ ਦੀ ਗੱਲ ਕਰਨੀ ਹੈ ਜਾਂ ਕੋਈ ਵੀ ਗੱਲ ਕਰਨੀ ਹੈ ਉਹ ਬਹੁਤ ਵਧੀਆ ਢੰਗ ਨਾਲ ਅਤੇ ਸੌਖੇ ਢੰਗ ਨਾਲ ਅਸੀਂ ਆਪਣੇ ਦਿਲ ਦੇ ਵਿੱਚੋਂ ਬਾਹਰ ਕੱਢ ਮਾਰਦੇ ਹਾਂ। ਜੀ, ਕਹਿੰਦੇ ਨੇ ਕਿ ਮੈਂ ਤੈਨੂੰ ਜਾਨੋ ਵੱਧ ਕੇ ਚਾਹੁੰਦਾ, ਤੈਨੂੰ ਆਪਣਾ ਆਪ ਸੁਣਾਉਂਦਾ, ਨੀ ਗੱਲ ਸੁਣ ਦਿਓਰ ਕੁਆਰੇ ਦੀ, ਰੋਟੀ ਪੱਕਦੀ ਕਰਦੇ ਨੀ ਭਾਬੀ ਦਿਓਰ ਵਿਚਾਰੇ ਦੀ। ਅਗਲੀ ਗਾਇਕ ਜੋੜੀ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ, ਕੁਲਵਿੰਦਰ ਕਮਲ ਤੇ ਸਪਨਾ ਕਮਲ।
ਜਾ ਮਨ ਜਾ ਨੀ ਭਾਬੀ, ਮਨ ਜਾ ਮਨ ਜਾ ਨੀ ਭਾਬੀ, ਮਨ ਜਾ ਮਨ ਜਾ ਨੀ ਭਾਬੀ। ਕਹਿੰਦੇ ਮੇਰੇ ਸਿਰ ਸੋ ਹੀ ਫੁਲਕਾਰੀ ਵੇ ਹੁਸਨਾ ਦੀ ਵੇਖ ਸਰਦਾਰੀ, ਮੈਂ ਕੁੜੀ ਪੰਜਾਬਣ ਪਿਆਰੀ ਸਭ ਨੂੰ ਰੰਗ ਵਿੱਚ ਰੰਗਦੀ ਹਾਂ, ਮੈਂ ਪੰਜ ਆਬਾਂ ਦੀ ਇੱਜ਼ਤ ਖੈਰ ਪੰਜਾਬ ਦੀ ਮੰਗਦੀ ਹਾਂ, ਮੈਂ ਪੰਜ ਆਬਾਂ ਦੀ ਇੱਜ਼ਤ ਖੈਰ ਪੰਜਾਬ ਦੀ ਮੰਗਦੀ ਹਾਂ। ਤੇ ਨਾਲ ਹੀ ਨਾਲ ਅਸੀਂ ਖੈਰ ਮੰਗਦੇ ਹਾਂ ਪੰਜਾਬੀ ਗਾਇਕੀ ਦੀ, ਪੰਜਾਬੀ ਸੱਭਿਆਚਾਰ ਦੀ, ਪੰਜਾਬੀ ਅਦਬ ਦੀ, ਕਿਉਂਕਿ ਮਾਂ ਬੋਲੀ ਨੇ ਜਿੱਥੇ ਸਾਨੂੰ ਬੋਲਣਾ ਸਿਖਾਇਆ ਤੇ ਅਸੀਂ ਬੜੇ ਫਕਰ ਨਾਲ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਹਾਂ, ਪੰਜਾਬ 'ਚ ਜੰਮੇ ਹਾਂ ਤੇ ਅਸੀਂ ਪੰਜਾਬ ਦੀ ਧਰਤੀ ਜਿਹੜੀ ਹੈ ਉਹ ਜ਼ਰਖੇਜ਼ ਜ਼ਮੀਨ ਹੈ ਔਰ ਪੰਜਾਬੀ ਸੱਭਿਆਚਾਰ, ਸੱਭਿਅਤਾ, ਵਿਰਸਾ, ਵਿਰਾਸਤ, ਕਿਉਂਕਿ ਮੈਨੂੰ ਲੱਗਦਾ ਵਿਰਸਾ ਪੰਜਾਬ ਦਾ ਹਾਲੇ ਵੀ ਕਿਤੇ ਸਹਿਕਦਾ ਹੈ ਜਾਣੇ। ਤੇ ਹੁਣ ਜਿਹੜੀ ਗੱਲ ਹੋਣੀ ਹੈ ਜੀ, ਗੂੜੀ, ਹਾਂਜੀ, ਗੂੜੀ ਪੱਗ ਨਾਲ ਲੰਬੀ ਗੁੱਤ ਦੀ ਯਾਰੀ ਬਣੀ ਰਹੇ, ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ। ਸੋ ਸਰਦਾਰੀ ਹੈ ਜੇ ਇਸ ਕਲਾਕਾਰ ਦੀ, ਰਾਜਾ ਮਰਖਈ ਤੇ ਬੀਬਾ ਕਿਰਨ ਦੀ। ਦੀਪ ਕਿਰਨ, ਜ਼ੋਰਦਾਰ ਤਾੜੀਆਂ ਦੇ ਨਾਲ ਰਾਜਾ ਮਰਖਈ ਤੇ ਦੀਪ ਕਿਰਨ। ਕਾਦੀ ਤੇਰੀ ਸਰਦਾਰੀ ਮੱਤ ਕੰਦਿਆਂ ਨੇ ਮਾਰੀ, ਕਾਦੀ ਤੇਰੀ ਸਰਦਾਰੀ ਮੱਤ ਕੰਦਿਆਂ ਨੇ ਮਾਰੀ, ਕੋਈ ਕੱਢ ਲੈ ਬਚੋਲਿਆਂ ਨੇ ਕਹਿਰ ਮੇਰੇ ਹਾਣੀਆਂ ਵਿੱਚ, ਚੁੱਲ੍ਹੇ ਕੋਲੇ ਲੰਘ ਚੇ ਤੂੰ ਪੈ, ਚੌਂਕੇ ਵਿੱਚ ਲੰਘ ਚੇ ਤੂੰ ਪੈਰ ਮੇਰੇ ਹਾਣੀਆਂ ਵਿੱਚ, ਚੁੱਲ੍ਹੇ ਕੋਲੇ ਲੰਘ ਚੇ ਤੇ ਪੈਰ, ਸੋਹਣੀਆਂ ਚੌਂਕੇ ਵਿੱਚ ਲੰਘ ਚੇ ਤੂੰ ਪੈਰ। ਸਾਰੇ ਕਹਿੰਦੇ ਮੇਰੇ ਹਾਣੀ ਰੀਤ ਮੁੱਢ ਤੋਂ ਪੁਰਾਣੀ, ਮੇਰੇ ਹਾਣੀ ਰੀਤ ਮੁੱਢ ਤੋਂ ਪੁਰਾਣੀ, ਸਾਡਾ ਖੇਤਾਂ ਵਿੱਚ ਲੰਘ ਜੇ ਸਿਆਲ ਬਿੱਲੋ ਰਾਣੀ ਨੀ ਜੱਟ
ਜੱਟ ਹੁੰਦੇ ਫਸਲਾਂ ਦੇ ਨਾਲ, ਜੱਟ ਹੁੰਦੇ ਫਸਲਾਂ ਦੇ ਨਾਲ ਬਿੱਲੋ ਰਾਣੀਏ, ਜੱਟ ਹੁੰਦੇ ਫਸਲਾਂ ਦੇ ਨਾਲ ਨੀ ਸੋਣੀਏ, ਜੱਟ ਹੁੰਦੇ ਫਸਲਾਂ ਦੇ ਨਾਲ। ਗੱਲ ਨਹੀਂ ਸੀ ਆਉਂਦੀ, ਮੂੰਹ ਖੋਲ੍ਹਣਾ ਨਹੀਂ ਆਉਂਦਾ ਸੀ, ਉਦੋਂ ਕਿਹਾ ਮਾਂ ਜਦੋਂ ਬੋਲਣਾ ਨਹੀਂ ਆਉਂਦਾ ਸੀ, ਪੈਰਾਂ ਉੱਤੇ ਬੈਠਣ ਤੋਂ ਪੈਰਾਂ 'ਤੇ ਖਲੋਣ ਤੱਕ ਮਾਂ ਮੇਰੀ ਕਦੀ ਵੀ ਨਹੀਂ ਸੁੱਤੀ ਮੇਰੇ ਸੌਣ ਤੋਂ। ਸਹੀ ਗੱਲ ਹੈ। ਸੋ ਹੁਣ ਜਿਸ ਗਾਇਕ ਚੋੜੀ ਨੂੰ ਤੁਹਾਡੇ ਰੂਬਰੂ ਕਰ ਰਹੇ ਹੋ, ਉਹ ਵੀ ਆਪਣੇ ਇਹਨਾਂ ਬੋਲਾਂ ਨੂੰ, ਇਹਨਾਂ ਇਹ ਸੁਨੇਹਾ ਜਿਹੜਾ ਆਪਣੇ ਗੀਤ ਰਾਹੀਂ ਆਪਣੇ ਦਰਸ਼ਕਾਂ ਨੂੰ ਦੇਣ ਜਾ ਰਹੀ ਹੈ ਕਿ ਮੈਂ ਤਾਂ ਮੁੰਡਾ ਵਿਆਹੂੰਗੀ ਕੈਨੇਡਾ ਦੀ ਕੁੜੀ ਨਾਲ, ਅਤੇ ਅੱਗੋਂ ਉਹਨਾਂ ਉਹਦਾ ਹਸਬੈਂਡ ਕੀ ਕਹਿੰਦੇ ਆ। ਚਲੋ ਜ਼ੋਰਦਾਰ ਤਾੜੀਆਂ ਦੇ ਵਿਚਕਾਰ ਤੁਹਾਡੇ ਰੂਬਰੂ ਕਰ ਰਹੇ ਹਾਂ ਮਨਜੀਤ ਸੰਧੂ ਅਤੇ ਬੀਬਾ ਕੁਲਵੰਤ ਕੌਰ। ਆ ਬੈਠਣ ਨਸੀਬੋ ਕੋਲੇ ਨੀ, ਤੇਰੇ ਪੁੱਤ ਦੇ ਆਏ ਵਿਚੋਲੇ ਨੀ, ਆ ਬੈਠਣ ਨਸੀਬੋ ਕੋਲੇ ਨੀ, ਤੇਰੇ ਪੁੱਤ ਦੇ ਆਏ ਵਿਚੋਲੇ ਨੀ। ਮੈਂ ਤਾਂ ਕਹਿੰਦਾ ਤੱਤਾ ਤਵਾ ਹੈ, ਲੈ ਦੋ ਗੁੱਲੀਆਂ ਵੇਲ ਨੀ, ਖਬਰੇ ਬੰਦਾ ਬਣ ਜੇ ਪਾਲਾ ਨੱਕ ਚ ਨਕੇਲ ਨੀ, ਖਬਰੇ ਬੰਦਾ ਬਣ ਜੇ ਪਾਲਾ ਨੱਕ ਚ ਨਕੇਲ ਨੀ। ਚੋਰੀ ਪੀਵੇ ਸੁੱਟੇ ਲਾਵੇ, ਮੋਟਰਸਾਈਕਲ ਤੇ ਰਹਿੰਦਾ ਚੋਰੀ ਪੀਵੇ ਸੁੱਟੇ ਲਾਵੇ, ਤੇਰਾ ਝਾਟਾ ਪੱਟੇ ਨਾਲੇ ਮੇਰੇ ਗਲ ਨੂੰ ਆਵੇ, ਤੇਰਾ ਝਾਟਾ ਪੱਟੇ ਨਾਲੇ ਮੇਰੇ ਗਲ ਨੂੰ ਆਵੇ। ਤੀਜੀ ਵਾਰੀ ਹੋ ਗਿਆ ਪੱਟੂ ਦਸਵੀਂ ਵਿੱਚੋਂ ਫੇਲ ਨੀ, ਖਬਰੀ ਬੰਦਾ ਬਣ ਜੇ ਪਾਲਾ ਨੱਕ ਚ ਨਕ